ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਆ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 June ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 millimeters ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ ਹੰਢਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼। ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਕੋਲ ਜਿਹੜਾ 40-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ, ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਹੈ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29 ਹੈ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਜ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ, ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ, ਜਿਸ ਤਰ੍ਹਾਂ 80 millimeters ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 millimeters ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ। ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਆ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 June ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 millimeters ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ
ਹੰਡਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ, ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਆ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29-30 ਹੈ ਲੁਧਿਆਣਾ ਜਾਂ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਜ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ, ਜਿਸ ਤਰ੍ਹਾਂ 80 mm ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 mm ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ। ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਆ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 June ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40-40 ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 mm ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ ਹੰਢਾਇਆ ਹੈ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ,
ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ। ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਆ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29 ਹੈ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਸ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ, ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ। ਜਿਸ ਤਰ੍ਹਾਂ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੇਡਿਕਸ਼ਨ ਨਹੀਂ। ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 ਜੂਨ ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ। ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 ਮਿਲੀਮੀਟਰ ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ ਹੰਢਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ, ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਆ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29-30 ਹੈ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਸ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ, ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ, ਜਿਸ ਤਰ੍ਹਾਂ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ।
ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ? ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਹੋ ਸਕਦੀ ਹੈ। ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 ਜੂਨ ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 ਮਿਲੀਮੀਟਰ ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ ਹੰਢਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼। ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ, ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਆ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29-30 ਆ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਜ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ, ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ, ਜਿਸ ਤਰ੍ਹਾਂ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ। ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ? ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਹੋ ਸਕਦੀ ਹੈ। ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 ਜੂਨ ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 ਮਿਲੀਮੀਟਰ ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ
ਹੰਡਾਇਆ ਹੈ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ, ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਆ ਉਹ ਪ੍ਰੋਪਰ ਹੋ ਜਾਏਗਾ ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29-30 ਆ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਜ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ, ਜਿਸ ਤਰ੍ਹਾਂ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ। ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 ਜੂਨ ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 ਮਿਲੀਮੀਟਰ ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ ਹੰਢਾਇਆ ਹੈ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ,
ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ। ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਆ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29 ਹੈ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਜ਼ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ, ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ। ਜਿਸ ਤਰ੍ਹਾਂ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੇਡਿਕਸ਼ਨ ਨਹੀਂ। ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 ਜੂਨ ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 ਮਿਲੀਮੀਟਰ ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ ਹੰਢਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼, ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੇਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ, ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਆ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29-30 ਹੈ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਜ਼ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ, ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ, ਜਿਸ ਤਰ੍ਹਾਂ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੇਡਿਕਸ਼ਨ ਨਹੀਂ। ਜੀ
ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਆ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 June ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 millimeters ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ ਹੰਢਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼। ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ, ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ ਹੈ, ਉਹ ਵੀ ਲੈਵਲ ਜਿਹੜਾ ਹੈ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29 ਹੈ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਜ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ, ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ, ਜਿਸ ਤਰ੍ਹਾਂ 80 millimeters ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 millimeters ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ। ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਆ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 June ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 millimeters ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ
ਹੰਡਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ, ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ ਹੈ ਉਹ ਵੀ ਲੈਵਲ ਜਿਹੜਾ ਹੈ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29-30 ਹੈ ਲੁਧਿਆਣਾ ਜਾਂ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਜ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ, ਜਿਸ ਤਰ੍ਹਾਂ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ। ਜੀ ਮੈਮ, ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਔਰ ਕਿਸ ਤਰੀਕੇ ਦਾ ਮੌਸਮ ਦਾ ਮਿਜ਼ਾਜ ਰਹੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਆ ਹੋ ਸਕਦੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 ਜੂਨ ਤੱਕ, ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ। ਸੋ ਇਹਨਾਂ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲੀ ਸੀ, ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਅਲੀ ਰਾਈਜ਼ ਹੋਣੇ ਸ਼ੁਰੂ ਹੋ ਗਏ। ਸੋ ਹੁਣ ਵੀ 40 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ, ਜਿਹੜਾ ਕਿ ਨੋਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਇਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ, 14 ਮਿਲੀਮੀਟਰ ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ। ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜਾਂ ਆਪਾਂ ਗਰਮ ਲਹਿਰ ਨੂੰ ਅਸੀਂ ਹੰਡਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 42-42 ਟੈਂਪਰੇਚਰ ਜਿਹੜਾ ਉਹ ਚੱਲ ਰਿਹਾ। ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ, ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ, ਜਿਹਦੇ ਨਾਲ ਕਿ 28-29-30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਸੋ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਬਾਰਿਸ਼ ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ, ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ,
ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ। ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋਅ ਹੋ ਚੁੱਕਿਆ, ਉਹ ਵੀ ਲੈਵਲ ਜਿਹੜਾ ਆ ਉਹ ਪ੍ਰੋਪਰ ਹੋ ਜਾਏਗਾ, ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਵਰਤਣ ਦੀ ਲੋੜ ਨਹੀਂ ਪਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28-29 ਹੈ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਐਸ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ, ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ। ਜਿਸ ਤਰ੍ਹਾਂ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ, ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ, ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੇਡਿਕਸ਼ਨ ਨਹੀਂ ਹੈ।